ਵਾਦੇ ਦਾ ਨਿਆਇ ਜੇ ਬਾਈ ਪੂਰੇ ਕਰੇ ਨੇ ਕਿਹੜੇ ਕਿਹੜੇ ਦੱਸਾਂ ਵਾਦੇ ਦਾ ਇੱਕੇ ਕਰੀ ਗਿਆ ਬਸ ਗੱਡੀ ਚ ਫੇਰ ਕੇ ਕੰਗੀ ਫਰੀ ਗਿਆ ਹੁਣ ਕਰੇ ਨੰਗੇ ਪੈਰੀ ਫਰਦਾ ਕਰੇ ਕੁਝ ਹੋਰ ਕਰਦਾ ਇਸ ਦਾ ਚੁੱਤੀ ਨਹੀਂ ਕੱਢਦੇ ਜਦੋਂ ਨੰਗੇ ਵਰੀ ਫਰਦਾ ਬਾਈ ਸਾਡੀਆਂ ਨਾਲ ਪਾ ਕੇ ਲੈ ਜਾ ਇਹੋ ਜਿਹੇ ਚੋਰ ਬੰਦੇ ਦਾ ਕੀ ਹੁੰਦਾ ਸਾਡੀਆਂ ਨਾਲ ਪਾ ਕੇ ਲੈ ਜਾ ਬਾਈ ਡਰ ਲੱਗਦਾ ਇਹੋ ਜਿਹੇ ਮੰਤਰੀਆਂ ਤੋਂ ਬਹੁਤ ਟੈਨਸ਼ਨ ਹੈ ਪਹਿਲਾਂ ਸੁਖਵੀਰ ਨਾਲ ਕਹਿੰਦੇ ਹੁੰਦੇ ਸੀ ਸਾਡੇ ਸਿਆਣੇ ਬੁੜੇ ਵੀ ਹੱਥ ਮਲਾ ਕੇ ਉਂਗਲਾਂ ਗਿਣ ਲਿਆ ਕਰੋ ਵੀ ਪੂਰੀਆਂ ਨੇ ਕਿ ਘਟ ਨੇ ਉਹੀ ਉਹ ਉਦੋਂ ਵੀ ਚੋਰ ਲੱਗਿਆ ਇੱਕ ਥਾਂ ਮ ਜੋੜਾ ਚੱਕ ਰਾ ਹੁਣ ਚੱਪਲਾ ਚੱਕ ਕਹਿ ਸਕਦੇ ਆ ਇਹਦਾ ਗੋਲਡੀ ਨੂੰ ਜੁੱਤੀਆਂ ਚੱਕਦਾ ਫਿਰਦਾ ਥਾਂ ਥਾਂ ਯਾਰ ਮੈਂ ਤਾਂ ਇਹ ਐਮਐਲਏ ਨਹੀਂ ਦੇਖਿਆ ਕਦੇ ਨੰਗੇ ਪੈਰੀਂ ਫਿਰਦਾ ਹੁਣ ਅੱਜ ਟਾਈਮ 'ਚ ਕਿਤੇ ਕੱਸੀ ਲਾ ਕੇ ਨਾ ਫਿਰਨ ਲੱਗੇ ਜੀ ਇਹਦਾ ਕੋਈ ਹਾਲਾਤ ਮਾੜੇ ਨੇ ਬਈ ਇਹ ਜੇ ਮੰਤਰੀ ਤੋਂ ਤੋ ਬਾਈ ਸਰਵੀਰ ਸਿੰਘ ਬਾਦਲ ਕਹਿੰਦੇ ਆ ਹੁਣ ਬੋਰਡ ਲੱਗੇ ਹੋਇਆ ਕਿ ਜੋ ਕਹਾਂ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਹਾਂ ਕਰਦੇ ਨੇ ਉਹ ਸੱਚੇ ਨੇ ਬਿਲਕੁਲ ਸੱਚੇ ਨੇ ਕਹਿਆ ਉਹਨਾਂ ਨੇ ਇੱਕ ਉਹ ਉਧਰ ਵਿਚਾਰਾਂ ਦੀਆਂ ਆਪਣੇ ਬਿਆਸ ਕੰਨੀ ਲੋਕਾਂ ਦੀਆਂ ਫਸਲਾਂ ਦਬਾ ਕਰਾਇਆ ਲਿਆ ਆਇਆ ਕੜੁਕਾ ਇਹ ਲੱਭ ਕੇ ਇਦਰਾ ਪੀਲੇ ਰੰਗ ਦਾ ਗੋਏ ਕੰਨੀ ਉਹ ਲਿਆ ਕੇ ਛੜਤਾ ਲਿਆ ਕੇ ਪਾਣੀ ਛੜਤਾ ਉਹਦਾ ਯਾਰ ਮੈਂਟਲ ਹੈ ਬਾਈ ਉਹਦੀ ਨਾ ਗੱਲ ਕਰਿਆ ਕਰੋ ਉਹਦਾ ਦਿਮਾਗੀ ਅਪਸੈਟ ਹੈ ਹੁਣ ਜਾਂ ਤਾਂ ਉਹਦਾ ਇਲਾਜ ਕਰਾਵੇ ਜਿਹਨੂੰ ਆਪਣੇ ਬਾਪ ਦਾ ਕਈ ਜਨ ਮੇਰੇ ਬਾਪ ਵੀ ਇੱਥੇ ਬੈਹੇ ਮੇਰੇ ਨਾਨਕੇ ਵੀ ਇੱਥੀ ਨੇ ਬਾਈ ਸਭ ਜੀ ਉਵੇਂ ਹੀ ਹੁੰਦੇ ਨੇ ਯਾਰ ਉਹਨੇ ਕੋਈ ਬੱਕਰੇ ਮੈਨੂੰ ਐ ਲੱਗਦਾ ਜਾ ਉਹ ਮੇਰਾ ਹੈ ਕੈਪਟਨ ਦਾ ਭਾਈ ਹੂੰ ਜੋੜੇ ਨਾ ਹੁਣ ਵੀ ਉਹ ਗੋਦ ਲਿੱਤਾ ਹੋਵੇ ਬਾਦਲ ਦਾ ਇਹ ਹੈ ਕੋਈ ਸਮੱਸਿਆ ਇਹ ਵੀ ਬਾਅਦ ਚ ਪਤਾ ਕਰਨਾ ਪਊਗਾ ਲੋਕਾਂ ਨੂੰ ਆਉਣ ਵਾਲੇ ਟਾਈਮ 'ਚ ਖੋਜ ਹੋਊ ਇਹ ਵੀ ਵੀ ਹੈ ਕਿਹਦਾ ਇਹ ਕਿਉਂਕਿ ਅਸਲੀ ਨਹੀਂ ਪਤ ਨਹੀਂ ਲੱਗਦਾ ਹੁਣ ਸਾਡੇ ਪਿੰਡ ਦਾ ਸੀ ਧੰਨਵਾਦ ਕਰਦੇ ਆ ਸਾਰੇ ਦਾ ਸਾਰਿਆਂ ਨੂੰ ਸਮਝ ਲੱਗ ਗਈ ਵੀ ਇਹ ਕੇ ਚੱਟੇ-ਵੱਟੇ ਨੇ ਕਦੇ ਉਹ ਆਉਂਦੇ ਨੇ ਕਦੇ ਇਹ ਆਉਂਦੇ ਨੇ ਰੰਗ ਬਦਲਦੇ ਨੇ ਵੀ ਅੱਜ ਮੇਰਾ ਅੱਜ ਤੇਰਾ ਹੈ ਨਾ ਦਿਨ ਧਰਦੇ ਨੇ ਇਹ ਉਹ ਤੋਂ ਅੱਜ ਸਾਡਾ ਪਿੰਡ ਤੋਬਾ ਕਰੀ ਬੈਠਾ ਹੈ ਆਉਣ ਵਾਲਾ 20 ਤਰੀਕ ਨੂੰ ਐ ਲੱਗ ਜੂ ਪਤਾ ਇਹਨਾਂ ਨੂੰ ਵੀ ਅਸੀਂ ਨੇ ਜੋ ਕਿਹਾ ਉਹ ਕਰਿਆ ਪੂਰਾ ਕੀਤਾ ਤਾਂ ਅੱਜ ਪਿੰਡ ਚੋਂ ਪੀਪੀਆਂ ਖਾਲੀ ਲੈ ਕੇ ਜਾਣਗੇ ਜਦੋਂ ਉਦੋਂ ਪਤਾ ਲੱਗੂ ਪਿੰਡਾਂ 'ਚ ਉਹਨਾਂ ਚੰਨੀ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਤੁਹਾਡੇ ਐਮਪੀ ਆ ਭਗਵੰਤ ਮਾਨ ਹੁਣ ਇੱਥੇ ਸੀਟ ਤੇ ਲੜ ਰਹੇ ਆ ਠੀਕ ਹੈ ਉਹਨਾਂ ਨੂੰ ਇੱਕ ਉਹਨਾਂ ਤੇ ਇਲਜ਼ਾਮ ਲਾਉਂਦੇ ਆ ਦੂਜੀਆਂ ਵਿਰੋਧੀ ਪਾਰਟੀਆਂ ਕਿ दारू ਪੀਂਦੇ ਆ ਬਾਈ ਜੀ ਮੈਂ 2004 'ਚ ਵਿਦੇਸ਼ ਗਿਆ ਸੀ ਮੈਂ ਦੇਖਿਆ ਮੇਰੇ ਹਿਸਾਬ ਨਾਲ ਅਮਰੀਕਾ ਨੇ ਖੋਜ ਵੀ ਕਰੀ ਐ ਤੇ ਜਿਹੜਾ ਕੋਈ दारू ਪੀਂਦਾ ਉਹ ਕੋਈ ਨਸ਼ਾ ਨਹੀਂ ਗੈਣਾਂ ਗ ਜਾਂਦਾ ਜੇ दारू ਨਸ਼ਾ ਹੈ ਤਾਂ ਡੋਰ ਟੂ ਡੋਰ ਕਿਉਂ ਆਉਂਦਾ ਜੇ दारू ਨਸ਼ਾ ਹੈ ਵੀਰੇ ਡੋਰ ਟੂ ਡੋਰ ਕਿਉਂ ਆਉਂਦਾ ਕਾਰਨ ਕੀ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ ਪੀਂਦਾ ਅਮਰੀਕਾ ਦਾ ਪ੍ਰਧਾਨ ਮੰਤਰੀ ਪੀਂਦਾ ਯੂਕੇ ਦੀ ਪ੍ਰਧਾਨ ਮੰਤਰੀ ਹੈ ਲੇਡੀ ਜ ਹੈ ਉਹ ਪਿੰਦੀ ਹੈ ਅਰਬ ਕੰਟਰੀ ਆ ਗਲਫ ਸਭ ਤੋਂ ਸਟਰੋਂਗ ਕੰਟਰੀ ਆ ਸਾਊਦੀ ਅਰਬ ਉਹਦਾ ਪ੍ਰਧਾਨ ਮੰਤਰੀ ਰਾਜਾ ਐ ਉੱਥੇ ਦਾ ਰਾਜਾ ਐ ਉਹ ਪਿੰਦਾ ਯਾਰ ਭਵੰਤਮਨ ਪਿੰਦਾ ਬੜਾ ਲੋਕਾਂ ਨੂੰ ਜੁਬਦਾ ਨਾਲੇ ਪੀਕੇ ਕਿਹੜਾ ਕਿਹਦਾ ਸਿਰ ਪਾੜਦਾ ਬਈ ਹੈਨਾ ਜਾਦਾ ਪੀਕੇ ਕਿਹੜਾ ਖੋਲ ਦਿੰਦਾ ਇਧਰ ਸਿਰ ਇਹ ਯਾਰ ਚਿੱਟੇ ਨਾਲ ਰੱਜੇ ਹੋਏ ਐਂ ਦੱਸੋ ਉਹ ਆਪਣੇ ਬਾਪ ਨੂੰ ਬਾਪ ਦਾ ਕਹਿੰਦਾ ਆਪਣੀ ਮਾਂ ਨੂੰ ਮਾਂ ਦਾ ਕਹਿੰਦਾ ਪੈਣ ਨੂੰ ਪੈਣ ਦਾ ਕਹਿੰਦਾ ਉਹ ਆਪਣੇ ਬਾਪ ਨੂੰ ਕਹੀ ਜਾਂਦਾ ਮੇਰੇ ਪਿਤਾ ਜੀ ਸਮਾਨ ਯਾਰ ਕਿੱਥੋਂ ਤੁਸੀਂ ਰਲਾਈ ਜਾਂਦੇ ਹੋ ਇਹ ਨਹੀਂ ਮੈਨੂੰ ਨਹੀਂ ਲੱਗ ਰਹੀ ਗੱਲ ਇਹ ਤਾਂ ਉ ਤੋਲੀਆਂ ਹੋਈਆਂ ਗੱਲਾਂ ਨੇ ਬਾਈ दारू ਪੀਂਦਾ ਆਵਰੇ ਘਰ ਦੀ ਬਿਨਾ ਮੈਂ ਕਹਿੰਦਾ ਛੋਟਾ ਨਸ਼ਾ ਹੈ ਸਸਤਾ ਨਸ਼ਾ ਹੈ ਜੇ दारू ਪੀ ਵੀ ਲੈਂਦਾ ਪਿਗਲਾ ਲੈਂਦਾ ਲਾਉਂਦਾ ਕੋਈ ਮਾੜੀ ਗੱਲ ਨਹੀਂ ਹਨਾ ਆਵਰੇ ਪਰਿਵਾਰ ਚ ਬਹਿ ਕੇ ਲਾਉਂਦਾ ਕੋਈ ਪਬਲਿਕ ਪ੍ਰਦੂਸ਼ਨ ਨਹੀਂ ਕਰਦਾ ਜਿਹੜੇ ਇਹ ਲੋਕ ਨੇ ਇਹੋ ਜਿਹਾ ਨਸ਼ਾ ਕਰਦੇ ਨੇ ਜਿਹਦਾ ਪੀ ਕੇ ਬੰਦਾ ਜੇ ਉੱਠ ਘੜਦਾ ਦੂਏ ਦਿਨ ਤੁਰ ਨਹੀਂ ਜਾਂਦਾ ਜੇ ਦੂਏ ਦਿਨ ਪੀ ਲੈਂਦਾ ਤਾਂ ਸ਼ਮਸ਼ਾਨ ਘਾਟ ਨੂੰ ਜਾਂਦਾ ਯਾਰ ਐ ਜਿਹਨਾਂ ਸਿੱਤੋ ਦਾ ਤੋਬਾ ਕਰਨੀ ਚਾਹੁੰਦੇ ਆ ਜਿਹੜੇ ਲੋਕ ਰੋਂਦੇ ਨੇ ਕੋਈ दारू ਪੀਤੀ ਵਾਲਾ ਰੋਂਦਾ ਦਿਖਾ ਵੀਰੇ ਪਿੰਡ ਚ ਚਿੱਟੇ ਵਾਲੇ ਹਜ਼ਾਰ ਰੋਂਦੇ ਦਿਖਾਉਣਾ ਮੈਂ ਜਿਹੜੀਆਂ ਮਾਮਾਂ ਵਿਚਾਰੀਆਂ ਬੈਠੀਆਂ ਆਟਾ ਮੁੱਕਿਆ ਪੈ ਜੀਮੀਦਾਰ ਦੇ ਘਰੇ ਜੀਮੀਦਾਰ ਦਾ ਮਰਨ ਹੋ ਜਾਣਾ ਜਦੋਂ ਉਹਦੇ ਘਰੇ ਪੀਪੀ ਲੈ ਕੇ ਜਾਂਦਾ ਆਟੇ ਨੂੰ ਆਟੇ ਵੀ ਨਹੀਂ ਹੈਗੇ ਲੋਕਾਂ ਦੇ ਘਰੇ ਆਟਾ ਤਾਂ ਕਵੇਜਤਾ ਕਣਕ ਨਹੀਂ ਵੇ ਸੱਡੀ ਕੋਈ ਕਰਦਾ ਸਾਧਨ ਨਹੀਂ ਸਾਡੇ ਪੱਖੇ ਲਾਲਾ ਵੇਚੇ ਪਏ ਨੇ ਘਰਾਂ ਚੋਂ ਬਾਈ ਦਿਖਾ ਸਕਦੇ ਆ ਤੁਹਾਨੂੰ ਦ੍ਰਿਸ਼ ਇਹ ਗੋਲਡੀ ਕਹੀ ਜਾਂਦਾ ਸਾਡਾ ਵੀ ਅਸੀਂ ਨੇ ਆ ਕਰਿਆ ਬਾ ਕਰਿਆ ਕੱਲ ਅਸੀਂ ਹਰੀਜਾਨ ਵੇੜੇ ਗਏ ਇੱਕ ਮੁੰਡਾ ਨਹਿਰ ਚ ਸਾਲ ਮਾਰ ਕੇ ਮਰ ਗਿਆ ਹੂੰ ਉਹਦੀ ਮਾਂ ਬੱਚਿਆਂ ਨੂੰ ਛੱਡ ਕੇ ਭੱਜ ਗਈ ਹੂੰ ਉਹਨੇ ਆਪਣੀ ਜ਼ਿੰਮੇਵਾਰੀ ਛੱਡਤੀ ਛੋਟੀਆਂ ਛੋਟੀਆਂ ਕੁੜੀਆਂ ਨੇ 8-10 ਸਾਲ ਦੀਆਂ ਉਹ ਇੱਕ ਬਜ਼ੁਰਗ ਮਾਈ ਆ ਵਿਚਾਰੀ 60 ਸਾਲ ਦੀ ਹੂੰ ਜਦੋਂ ਅਸੀਂ ਅੰਦਰ ਗਏ ਬਈ ਇੱਕੇ ਖਾਣਾ ਤਿੰਨ ਖਣ ਪਏ ਹੋਏ ਨੇ ਦੋ ਗਿਰੇ ਪਏ ਨੇ ਇੱਕ ਖੰਧ ਥੱਲੇ ਵਿਚਾਰੀ ਇੱਕ ਸਾਈਡ ਤੇ ਐ ਖੜੀ ਐ ਓਟੇ ਦੀ ਸਹਾਰੇ ਕੰਧ ਦੇ ਸਹਾਰੇ ਬੈਠੀ ਉਹ ਜਵ ਕਰਨ ਲਈ ਅੱਖਾਂ ਚੋਂ ਹੰਝੂ ਆ ਗਏ ਵੀ ਇਹੋ ਜਿਹਾ ਵਿਕਾਸ ਕਰਨਾ ਤਾਂ ਉਹਨੂੰ ਲੋੜ ਹੀ ਨਹੀਂ ਇਹਦੀ ਬਈ